ਕਲਕੱਤਾ ਦੇ ਵਿੱਚ ਬਈ ਇੱਕ ਲੇਡੀਜ਼ ਡਾਕਟਰ ਦਾ ਬਲਾਤਕਾਰ ਕੀਤਾ ਗਿਆ ਤੇ ਐਡੇ ਕ ਖਤਰਨਾਕ ਤਰੀਕੇ ਨਾਲ ਉਸ ਲੇਡੀਜ਼ ਡਾਕਟਰ ਦਾ ਬਲਾਤਕਾਰ ਕੀਤਾ ਗਿਆ ਕਿ ਕੋਈ ਬੰਦਾ ਉਹਦੀ ਲਾਸ਼ ਨੂੰ ਦੇਖ ਨਹੀਂ ਸੀ ਸਕਦਾ। ਐਡੀ ਜ਼ਿਆਦਾ ਦਰਿੰਦਗੀ ਨਾਲ ਉਸ ਨੂੰ ਮਾਰਿਆ ਗਿਆ, ਉਸ ਤੋਂ ਬਾਅਦ ਉਹਦੇ ਨਾਲ ਬਲਾਤਕਾਰ ਕੀਤਾ ਗਿਆ। ਹੁਣ ਕਲਕੱਤਾ ਦੀ ਪੁਲਿਸ ਕੀ ਗੱਲ ਕਹਿ ਰਹੀ ਆ ਤਾਂ ਜਿਹੜੀਆਂ ਪੋਸਟਮਾਰਟਮ ਦੀ ਰਿਪੋਰਟ ਆਈ ਉਸ ਰਿਪੋਰਟ ਨੇ ਬਹੁਤ ਵੱਡੇ ਖੁਲਾਸੇ ਕਰਤੇ। ਉਹ ਰਿਪੋਰਟ ਦੀ ਗੱਲ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਬਾਈ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ, ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਤੇ ਬੜੀ ਦਰਦਨਾਕ ਕਹਾਣੀ ਲੈ ਕੇ। ਕੀ ਹੁੰਦਾ ਵੀ ਇੱਕ ਲੇਡੀਜ਼ ਡਾਕਟਰ ਹੁੰਦੀ ਹੈ ਜਿਹਨੇ ਕਿ MBBS ਦੀ ਡਿਗਰੀ ਕੀਤੀ ਹੁੰਦੀ ਆ, ਉਸ ਤੋਂ ਬਾਅਦ ਉਹਦੀ ਇੱਕ ਕਲਕੱਤਾ ਦੇ ਬਹੁਤ ਫੇਮਸ ਹਸਪੀਟਲ ਦੇ ਵਿੱਚ ਟ੍ਰੇਨਿੰਗ ਲੱਗੀ ਹੁੰਦੀ ਆ। ਕਹਿਣ ਦਾ ਮਤਲਬ ਕਿ ਜਿਹੜੇ ਮੈਡੀਕਲ ਕਾਲਜ ਹੁੰਦੇ ਆ ਉਹ ਹਸਪੀਟਲਾਂ ਦੇ ਨਾਲ ਅਟੈਚ ਹੁੰਦੇ ਆ। ਉਹ ਕੁੜੀ 36 ਘੰਟੇ ਦੀ ਸ਼ਿਫਟ ਲਾਉਣ ਤੋਂ ਬਾਅਦ ਰਾਤ ਨੂੰ 11 ਵਜੇ ਆਪਦੇ ਮਾਂ ਪਿਓ ਨਾਲ ਫੋਨ ਤੇ ਗੱਲ ਕਰਦੀ ਆ। ਫੋਨ ਤੇ ਗੱਲ ਕਰਨ ਤੋਂ ਬਾਅਦ ਉਹ ਆਪਦੀ ਮਾਂ ਨੂੰ ਕਹਿੰਦੀ ਆ ਵੀ ਠੀਕ ਆ, ਹੁਣ ਮਾਤਾ ਮੈਂ ਚੱਲੀ ਆ ਰਾਊਂਡ ਤੇ ਸਵੇਰੇ ਮਾਰਨਿੰਗ ਤੋਂ ਨਾਲ ਗੱਲ ਕਰੂੰਗੀ। ਕਿਉਂਕਿ ਤੁਹਾਨੂੰ ਪਤਾ ਕਿ ਆਪਣੀ ਧੀ ਭੈਣ ਬਾਹਰ ਦੂਰ ਕਿਤੇ ਰਹਿੰਦੀ ਹੋਵੇ ਤਾਂ ਮਾਂ ਪਿਓ ਨੂੰ ਉਸ ਗੱਲ ਦੀ ਫਿਕਰ ਹੁੰਦੀ ਆ। ਉਸੇ ਤਰ੍ਹਾਂ ਉਹ ਵਿਚਾਰੀ ਨੇ ਆਪਦੇ ਮਾਂ ਪਿਓ ਨਾਲ ਗੱਲਬਾਤ ਕੀਤੀ, ਹਨਾ, ਆਪਦਾ ਹਾਲ ਚਾਲ ਦੱਸਿਆ, ਮਾਂ ਪਿਓ ਦਾ ਹਾਲ ਚਾਲ ਪੁੱਛਿਆ। ਉਸ ਤੋਂ ਬਾਅਦ ਰਾਤ ਦੇ 2 ਵਜੇ ਦੇ ਕਰੀਬ ਉਹ ਲੇਡੀਜ਼ ਡਾਕਟਰ ਜਿਹੜੀ ਕੁੜੀ ਹੁੰਦੀ ਆ ਉਹ ਆਪਦੇ ਜੂਨੀਅਰ ਦੇ ਨਾਲ ਬਹਿ ਕੇ ਖਾਣਾ ਖਾਂਦੀ ਆ। ਖਾਣਾ ਖਾਣ ਤੋਂ ਬਾਅਦ ਉਹ ਕੁੜੀ ਆਪਦੇ ਜੂਨੀਅਰ ਨੂੰ ਕਹਿੰਦੀ ਆ ਵੀ ਲਓ ਬਈ ਹੁਣ ਸਾਰੇ ਮਰੀਜ਼ ਟਿਕ ਚੁੱਕੇ ਆ ਤੇ ਮੈਂ ਵੀ ਬਹੁਤ ਜ਼ਿਆਦਾ ਥੱਕ ਚੁੱਕੀ ਆ, ਮੈਂ ਲੱਗੀ ਆ ਸੌਣ, ਤੇ ਜੇ ਕੋਈ 19-21 ਕਿਸੇ ਮਰੀਜ਼ ਨੂੰ ਕੋਈ ਪ੍ਰੋਬਲਮ ਆਈ ਤਾਂ ਤੁਸੀਂ ਸਾਂਭ ਲਿਓ। ਉਹ ਜੀ ਰਾਤ ਨੂੰ ਉਹ ਕੁੜੀ ਵਿਚਾਰੀ 2 ਵਜੇ ਤੋਂ ਬਾਅਦ ਉਸੇ ਹਸਪੀਟਲ ਦੇ ਸੈਮੀਨਾਰ ਹਾਲ ਦੇ ਵਿੱਚ ਜਾ ਕੇ ਬੈੱਡ ਤੇ ਸੌਂ ਜਾਂਦੀ ਆ। ਜਦੋਂ ਉਹ ਕੁੜੀ ਸੌਂ ਜਾਂਦੀ ਆ ਉਸ ਤੋਂ ਬਾਅਦ ਇੱਕ ਕਲਕੱਤਾ ਪੁਲਿਸ ਦਾ ਵਲੰਟੀਅਰ ਹੁੰਦਾ ਜਿਹੜਾ ਕਿ ਕਲਕੱਤਾ ਪੁਲਿਸ ਦੀ ਟੀ ਸ਼ਰਟ ਪਾ ਕੇ ਅਕਸਰ ਹੀ ਘੁੰਮਦਾ ਹੁੰਦਾ ਸੀਗਾ, ਉਹ ਬੰਦਾ 3 ਵਜੇ ਦੇ ਕਰੀਬ ਹਸਪੀਟਲ ਦੇ ਵਿੱਚ ਦਾਖਲ ਹੁੰਦਾ। ਉਹਨੇ ਪੁਲਿਸ ਦੀ ਟੀ ਸ਼ਰਟ ਪਾਈ ਹੁੰਦੀ ਆ ਜਿਹਦੇ ਉੱਪਰ ਲਿਖਿਆ ਹੁੰਦਾ ਕਲਕੱਤਾ ਪੁਲਿਸ। ਦਾਖਲ ਹੋਣ ਤੋਂ ਬਾਅਦ ਉਹ ਬੰਦਾ ਸਿੱਧਾ ਸੈਮੀਨਾਰ ਹਾਲ ਦੇ ਵਿੱਚ ਜਾਂਦਾ। ਸੈਮੀਨਾਰ ਹਾਲ ਦੇ ਵਿੱਚ ਜਾਣ ਤੋਂ ਬਾਅਦ 45 ਮਿੰਟਾਂ ਬਾਅਦ ਉਹ ਬੰਦਾ ਫਿਰ ਵਾਪਸ ਚਲਾ ਜਾਂਦਾ। ਜਾਂਦੇ ਦੀ ਵੀ CCTV ਕੈਮਰੇ 'ਚ ਫੋਟੋ 'ਚ ਕੈਦ ਹੁੰਦੀ ਆ, ਆਉਂਦੇ ਦੀ ਵੀ ਕੈਦ ਹੁੰਦੀ ਆ। ਹੁਣ ਉਸ ਬੰਦੇ ਨੇ ਅੰਦਰ ਜਾ ਕੇ ਕੀ ਕੀਤਾ, ਸਭ ਤੋਂ ਵੱਡੀ ਸੋਚਣ ਵਾਲੀ ਇਹ ਗੱਲ ਆ, ਉਹਨੇ ਅੰਦਰ ਜਾ ਕੇ ਉਸ ਕੁੜੀ ਦਾ ਬਲਾਤਕਾਰ ਕੀਤਾ। ਬਲਾਤਕਾਰ ਕਿਹੜੇ ਤਰੀਕੇ ਨਾਲ ਕੀਤਾ ਬਈ, ਇਹ ਗੱਲ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣੇ ਆ। ਜਦੋਂ ਉਹਨੇ ਅੰਦਰ ਜਾ ਕੇ ਕੁੜੀ ਨੂੰ ਦੇਖਿਆ ਤਾਂ ਉਹਦੀ ਹਵਸ ਵਾਲਾ ਭੂਤ ਦੇ ਸਿਰ ਤੇ ਸਵਾਰ ਹੋ ਗਿਆ। ਉਹ ਬੰਦਾ ਬਾਕਸਿੰਗ ਬੁਕਸਿੰਗ ਕਰਨੀ ਜਾਣਦਾ ਸੀਗਾ, ਉਹ ਬੰਦਾ ਅੰਦਰ ਉਸ ਲੇਡੀਜ਼ ਡਾਕਟਰ ਨਾਲ ਬਾਕਸਿੰਗ ਖੇਡਣ ਲੱਗ ਗਿਆ। ਡਾਕਟਰ ਨੂੰ ਨਿਗਾਹ ਵਾਲੀ ਐਨਕ ਲੱਗੀ ਹੋਈ ਸੀ ਬਈ, ਉਸ ਬੰਦੇ ਨੇ ਮੁੱਕੇ ਮਾਰ ਮਾਰ ਕੇ ਪਹਿਲਾਂ ਐਨਕ ਦੇ ਸ਼ੀਸ਼ੇ ਤੋੜਤੇ, ਉਹ ਸ਼ੀਸ਼ੇ ਉਸ ਕੁੜੀ ਦੇ ਭੈਣ ਵਿਚਾਰੀ ਦੇ ਅੱਖਾਂ 'ਚ ਖੁੱਭ ਗਏ ਬਈ। ਨੱਕ ਦੀ ਉਸ ਬੰਦੇ ਨੇ ਹੱਡੀ ਤੋੜਤੀ, ਡਾਕਟਰ ਦੇ ਦੰਦ ਤੱਕ ਤੋੜਤੇ। ਫਿਰ ਉਸ ਬੰਦੇ ਨੇ ਕੁੜੀ ਦੀਆਂ ਦੋਵੇਂ ਲੱਤਾਂ ਫੜ ਕੇ ਕੁੜੀ ਦੇ ਐਂ ਸੰਨ ਪਾੜਤੇ ਬਈ। ਸੰਨ ਪਾੜਨ ਤੋਂ ਬਾਅਦ ਉਹਨੇ ਆਪਦੀ ਹਫਸ ਨੂੰ ਮਿਟਾਇਆ, ਕੁੜੀ ਦਾ ਬਲਾਤਕਾਰ ਕੀਤਾ। ਪਹਿਲਾਂ ਉਹਨੇ ਕਤਲ ਕੀਤਾ, ਉਸ ਤੋਂ ਬਾਅਦ ਉਹਨੇ ਬਲਾਤਕਾਰ ਕੀਤਾ। ਪਹਿਲਾਂ ਕੁੜੀ ਮਰ ਗਈ, ਗਲ ਘੁੱਟ ਕੇ ਮਾਰਤਾ, ਉਸ ਤੋਂ ਬਾਅਦ ਉਸ ਕੁੜੀ ਦਾ ਬਲਾਤਕਾਰ ਕੀਤਾ। ਰੇਪ ਕਰਨ ਤੋਂ ਬਾਅਦ ਉਹ ਬੰਦਾ ਦਾਰੂ ਪੀ ਕੇ ਸਿੱਧਾ ਜਾ ਕੇ ਪੁਲਿਸ ਦੀ ਬੈਰਕ ਦੇ ਵਿੱਚ ਸੌਂ ਜਾਂਦਾ। ਜਦੋਂ ਸਵੇਰੇ 7 ਵੱਜਦੇ ਆ, ਜਿਹੜੇ ਉੱਥੇ ਸਫਾਈ ਕਰਮਚਾਰੀ ਹੁੰਦੇ ਜਦੋਂ ਸੈਮੀਨਾਰ ਹਾਲ ਦੀ ਸਫਾਈ ਕਰਨ ਲਈ ਜਾਂਦੇ ਆ, ਤਾਂ ਜਦੋਂ ਉਹ ਕੁੜੀ ਨੂੰ ਨੰਗੜ ਹਾਲਤ ਵਿੱਚ ਦੇਖਦੇ ਆ, ਖੂਨ ਨਾਲ ਲੱਤਪੱਤ ਹੋਈ ਦੇਖਦੇ ਆ, ਤਾਂ ਉਹਨਾਂ ਬੰਦੇ ਨੇ ਬਈ ਉੱਥੇ ਚੀਕਾਂ ਪੈ ਜਾਂਦੀਆਂ। ਇੱਕ ਬੰਦਾ ਤਾਂ ਉੱਥੇ ਬੇਹੋਸ਼ ਹੋ ਕੇ ਡਿੱਗ ਹੀ ਪੈਂਦਾ, ਦੂਜਾ ਬੰਦਾ ਭੱਜ ਕੇ ਆਉਂਦਾ ਆ ਕੇ ਡਾਕਟਰਾਂ ਦੇ ਸਟਾਫ ਨੂੰ ਦੱਸਦਾ ਵੀ ਉੱਥੇ ਲੇਡੀਜ਼ ਡਾਕਟਰ ਦੀ ਮੌਤ ਹੋਈ ਪਈ ਆ ਤੇ ਲਾਸ਼ ਇਹੋ ਜਿਹੀ ਹਾਲਤ 'ਚ ਪਈ ਕਿ ਕੋਈ ਬੰਦਾ ਦੇਖ ਨਹੀਂ ਸਕਦਾ। ਜਦੋਂ ਡਾਕਟਰ ਜਾ ਕੇ ਭੱਜ ਕੇ ਦੇਖਦੇ ਆ, ਪੁਲਿਸ ਨੂੰ ਕਨਫਰਮ ਕਰਦੇ ਆ, ਉਸ ਤੋਂ ਬਾਅਦ ਕੁੜੀ ਦੇ ਘਰਦਿਆਂ ਨੂੰ ਫੋਨ ਕੀਤਾ ਜਾਂਦਾ, ਤਾਂ ਪਹਿਲਾਂ ਕੁੜੀ ਦੇ ਘਰਦਿਆਂ ਨੂੰ ਇਹ ਗੱਲ ਕਹੀ ਜਾਂਦੀ ਕਿ ਤੁਹਾਡੀ ਕੁੜੀ ਬਹੁਤ ਬਿਮਾਰ ਆ, ਉਹ ਠੀਕ ਨਹੀਂ ਹੈਗੀ।
ਤਾਂ ਜਿਹੜਾ ਮਾਂ ਪਿਓ ਹੁੰਦਾ ਉਹ ਬੜਾ ਹੈਰਾਨ ਹੁੰਦਾ ਕਿ ਰਾਤ ਤਾਂ 11 ਵਜੇ ਸਾਡੀ ਧੀ ਨੇ ਸਾਡੇ ਨਾਲ ਗੱਲ ਕੀਤੀ ਆ, ਤੜਕੇ ਉਹ ਇੰਨੀ ਬਿਮਾਰ ਕਿਵੇਂ ਹੋ ਗਈ। ਚਲੋ ਜੀ, ਉਸ ਤੋਂ ਬਾਅਦ ਮਾਂ ਪਿਓ ਵਿਚਾਰਾ ਫਿਰ ਬੈਕ ਕਾਲ ਉਸ ਨੰਬਰ ਤੇ ਕਰਦਾ, ਛੇਤੀ ਕੋਈ ਫੋਨ ਨਹੀਂ ਚੱਕਦਾ। ਜਦੋਂ ਕੋਈ ਫੋਨ ਚੱਕਦਾ ਉਸ ਤੋਂ ਬਾਅਦ ਮਾਂ ਪਿਓ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਤੁਹਾਡੀ ਧੀ ਨੇ ਰਾਤੀ ਆਤਮ ਹੱਤਿਆ ਕਰ ਲਈ। ਬਈ ਜਦੋਂ ਇੱਕ ਮਾਂ ਜਾਂ ਇੱਕ ਪਿਓ ਨੂੰ ਇਹ ਗੱਲ ਸੁਣਨ ਨੂੰ ਮਿਲ ਜੇ ਕਿ ਸਾਡੀ ਧੀ ਨੇ ਆਤਮ ਹੱਤਿਆ ਕਰ ਲਈ, ਤਾਂ ਬਈ ਧਰਤੀ ਵੇਲ ਨਹੀਂ ਦਿੰਦੀ, ਬੰਦੇ ਦਾ ਕਾਲਜਾ ਪਾਟ ਜਾਂਦਾ। ਮਾਂ ਪਿਓ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਜਾਂਦੇ ਆ। ਉਸ ਤੋਂ ਬਾਅਦ ਕਿਸੇ ਆਂਢੀ ਗੁਆਂਢੀ ਨੂੰ ਨਾਲ ਲੈ ਕੇ ਹੌਸਪੀਟਲ ਦੇ ਵਿੱਚ ਪਹੁੰਚਦੇ ਆ। ਜਦੋਂ ਬਈ ਮਾਂ ਪਿਓ ਹੌਸਪੀਟਲ ਦੇ ਵਿੱਚ ਪਹੁੰਚਦਾ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਇੱਕ ਸਾਈਡ 'ਤੇ ਬਿਠਾ ਦਿੱਤਾ ਜਾਂਦਾ। 3 ਘੰਟਿਆਂ ਤੱਕ ਮਾਂ ਪਿਓ ਨੂੰ ਧੀ ਦੀ ਲਾਸ਼ ਦਿਖਾਈ ਨਹੀਂ ਜਾਂਦੀ। ਕੋਈ ਡਾਕਟਰ ਇਧਰੋਂ ਲੰਘ ਜਾਇਆ ਕਰੇ, ਕੋਈ ਇਧਰੋਂ ਲੰਘ ਜਾਇਆ ਕਰੇ, ਕੰਨਾਂ 'ਚ ਇੱਕ ਦੂਜੇ ਘੁਸਰ ਪੁਸਰ ਕਰਦੇ ਫਿਰਿਆ ਕਰਨ। ਉਸ ਤੋਂ ਬਾਅਦ ਇੱਕ ਡਾਕਟਰ ਆ ਕੇ ਉਸ ਲੇਡੀਜ਼ ਡਾਕਟਰ ਦੇ ਪਿਓ ਦੇ ਕੰਨ 'ਚ ਕਹਿੰਦਾ ਕਿ ਆਪਾਂ ਸੈਟਿੰਗ ਕਰ ਲਈਏ। ਬਾਈ, ਜਿਹਦੀ ਇੱਕ ਧੀ ਮਰੀ ਹੋਵੇ ਉਹ ਪਿਓ ਕਿਵੇਂ ਸੈਟਿੰਗ ਕਰ ਲੂਗਾ? ਉਹ ਪਿਓ ਕਹਿੰਦਾ ਵੀ ਕਿਸ ਚੀਜ਼ ਦੀ ਸੈਟਿੰਗ ਮੈਨੂੰ ਦੱਸੋ ਸੀ, ਕਿਉਂਕਿ ਉਹ ਕਾਲਜ ਵਾਲੇ ਹੌਸਪੀਟਲ ਇਹ ਚਾਹੁੰਦੇ ਸੀ ਕਿ ਸਾਡਾ ਕਾਲਜ ਹੌਸਪੀਟਲ ਬਦਨਾਮ ਨਾ ਹੋਵੇ, ਕਿ ਇਹ ਕੇਸ ਇੱਥੇ ਹੀ ਠੱਪ ਹੋ ਜਾਏ। ਚਲੋ ਜੀ, ਉਸ ਤੋਂ ਬਾਅਦ ਪੁਲਿਸ ਆ ਗਈ। ਉਸ ਤੋਂ ਬਾਅਦ ਪੁਲਿਸ ਨੇ ਜਾ ਕੇ ਮਾਂ ਪਿਓ ਨੂੰ ਲਾਸ਼ ਦਿਖਾਈ। ਜਦੋਂ ਪਿਓ ਨੇ ਬਈ ਲਾਸ਼ ਦੇਖੀ ਨਾ, ਪਿਓ ਦੀ ਧਾਹਾ ਨਿਕਲ ਗਈ। ਤੁਹਾਨੂੰ ਪਤਾ ਕਿ ਆਪਾਂ ਆਪਦੀਆਂ ਧੀਆਂ ਨੂੰ ਬਈ ਕਿੰਨੇ ਚਾਵਾਂ ਨਾਲ ਪਾਲਦੇ ਹਾਂ, ਆਪਾਂ ਆਪਣੀ ਧੀ ਦੇ ਇੱਕ ਕੰਡਾ ਵੱਜਿਆ ਬਰਦਾਸ਼ਤ ਨਹੀਂ ਕਰ ਸਕਦੇ। ਜਿਹੜੇ ਪਿਓ ਨੇ ਐਡੇ ਲਾਡਾਂ ਚਾਵਾਂ ਨਾਲ ਧੀ ਪਾਲੀ ਹੋਵੇ, ਪੜ੍ਹਾਈ ਲਿਖਾਈ ਹੋਵੇ, ਤੇ ਉਸ ਪਿਓ ਨੂੰ ਸਾਹਮਣੇ ਆਪਦੀ ਧੀ ਖੂਨ ਨਾਲ ਲੱਥ ਪੱਥ ਹੋਈ ਮਿਲਦੀ ਹੋਵੇ, ਤੇ ਉਹ ਵੀ ਇਹੋ ਜਿਹੀ ਹਾਲਤ ਚ, ਜਿਹੜੀ ਹਾਲਤ ਚ ਮੰਨ ਲਓ ਪਿਓ ਦੇਖ ਹੀ ਨਹੀਂ ਸਕਦਾ। ਉਸ ਤੋਂ ਬਾਅਦ ਪੁਲਿਸ ਨੂੰ ਬਈ ਲਾਸ਼ ਦੇ ਕੋਲ ਇੱਕ ਬਲਿਊਟੁੱਥ ਪਿਆ ਮਿਲਦਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ। ਬਲਿਊਟੁੱਥ ਚੱਕਦੀ ਆ ਪੁਲਿਸ, ਸੀਸੀਟੀਵੀ ਕੈਮਰੇ ਦੀ ਫੋਟੋਜ਼ ਕਢਾਉਂਦੀ ਆ, ਤੇ ਫੋਟੋਜ਼ ਦੇ ਵਿੱਚ ਉਹ ਬੰਦਾ ਆ ਜਾਂਦਾ ਜਿਹੜਾ ਕਿ ਕੋਲਕਾਤਾ ਪੁਲਿਸ ਦਾ ਵਲੰਟੀਅਰ ਹੁੰਦਾ। ਪੁਲਿਸ ਉਹਨੂੰ ਫੋਨ ਕਰਦੀ ਆ, ਫੋਨ ਕਰਕੇ ਪੁੱਛਦੀ ਆ ਤੂੰ ਕਿੱਥੇ ਆ? ਉਹ ਦੱਸ ਦਿੰਦਾ ਕਿ ਮੈਂ ਤਾਂ ਬਈ ਬੈਰਕ 'ਚ ਸੁੱਤਾ ਪਿਆ। ਪੁਲਿਸ ਜਾ ਕੇ ਤੁਹਾਨੂੰ ਲੈ ਕੇ ਆਉਂਦੀ ਆ, ਹੌਸਪੀਟਲ ਵਿੱਚ ਲੈ ਕੇ ਆਉਂਦੀ ਆ। ਦੇਖੋ, ਉਹ ਬੰਦਾ ਕਿਤੇ ਭੱਜਿਆ ਨਹੀਂ, ਕਿਤੇ ਡਰਿਆ ਨਹੀਂ। ਉਹਨੇ ਪੁਲਿਸ ਦਾ ਪਹਿਲੀ ਸੱਟੇ ਫੋਨ ਚੱਕਿਆ, ਫੋਨ ਚੱਕ ਕੇ ਕਹਿੰਦਾ ਮੈਂ ਤਾਂ ਤੁਹਾਡੀ ਬੈਰਕ 'ਚ ਸੁੱਤਾ ਪਿਆ। ਸਿੱਧਾ ਬੰਦਾ ਉਹ ਹਸਪਤਾਲ ਆਉਂਦਾ, ਹਸਪਤਾਲ ਪੁਲਿਸ ਸਾਰੇ ਉਹਦਾ ਬਲਿਊਟੁੱਥ ਆਨ ਕਰਾਉਂਦੀ ਆ। ਜਦੋਂ ਬਲਿਊਟੁੱਥ ਆਨ ਕਰਦੇ ਆ ਤਾਂ ਜਿਹੜੇ ਉਹ ਬਲਿਊਟੁੱਥ 'ਤੇ ਡਿੱਗਿਆ ਪਿਆ ਹੁੰਦਾ ਉਹ ਫੋਨ ਨਾਲ 1 ਸਕਿੰਟ 'ਚ ਅਟੈਚ ਹੋ ਜਾਂਦਾ। ਪੁਲਿਸ ਨੇ ਕਿਹਾ ਵੀ ਇਹ ਤੇਰਾ ਕੰਮ ਆ। ਜਦੋਂ ਪੁਲਿਸ ਨੇ ਕਿਹਾ ਵੀ ਇਹ ਤੇਰਾ ਕੰਮ ਆ, ਉਹ ਬੰਦਾ ਕਹਿੰਦਾ ਹਾਂ ਮੈਂ ਇਸ ਕੁੜੀ ਦਾ ਕਤਲ ਕੀਤਾ, ਮੈਂ ਇਹਦਾ ਰੇਪ ਕੀਤਾ। ਉਸ ਤੋਂ ਬਾਅਦ ਪੁਲਿਸ ਨੇ ਉਹਦਾ ਬੈਕਗ੍ਰਾਉਂਡ ਛਾਣਿਆ। ਬੈਕਗ੍ਰਾਉਂਡ ਦੇ ਵਿੱਚ ਉਸ ਬੰਦੇ ਦੇ 4 ਵਿਆਹ ਹੋਏ ਸੀਗੇ। 3 ਘਰ ਵਾਲੀਆਂ ਨੂੰ ਇਸੇ ਗੱਲ ਕਰਕੇ ਛੱਡ ਕੇ ਭੱਜ ਗਈਆਂ ਸੀ, ਕਿਉਂਕਿ ਉਹ ਬੰਦਾ ਹਵਸ ਦੇ ਵਿੱਚ ਇੰਨਾ ਕੁ ਪਾਗਲ ਹੋ ਜਾਂਦਾ ਸੀਗਾ ਕਿ ਕੁੜੀਆਂ ਨੂੰ ਫਿਜ਼ੀਕਲੀ ਬਹੁਤ ਟੌਰਚਰ ਕਰਦਾ ਸੀ, ਤੇ 4th ਘਰ ਵਾਲੀ ਕਿਤੇ ਉਹਦੀ ਮਰ ਗਈ ਸੀ। ਉਹਦੇ ਬਿਆਨਾਂ ਤੋਂ ਵੀ ਪਤਾ ਲੱਗਿਆ ਕਿ ਉਹ ਪੌਰਨ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਸ਼ੌਕੀਨ ਸੀਗਾ। ਪੌਰਨ ਫਿਲਮਾਂ ਦੇਖ ਕੇ ਉਹਦਾ ਦਿਮਾਗ ਪਾਗਲ ਹੋ ਜਾਂਦਾ ਸੀ। ਚਲੋ ਜੀ, ਉਹਨੇ ਕਹਿਤਾ ਵੀ ਮੈਨੂੰ ਜੇ ਫਾਂਸੀ ਚਾੜਨਾ ਫਾਂਸੀ ਚਾੜ ਦਿਓ, ਜੇ ਗੋਲੀ ਮਾਰਨੀ ਗੋਲੀ ਮਾਰ ਦਿਓ, ਮੈਂ ਤਾਂ ਆਪਦੀ ਹਵਸ ਮਿਟਾਈ ਆ। ਉਹ ਬੰਦਾ ਮੰਨ ਲਾ 1 ਮਿੰਟ ਲਈ ਵੀ ਪੁਲਿਸ ਤੋਂ ਨਹੀਂ ਡਰਿਆ, ਉਹਨੇ ਸ਼ਰੇਆਮ ਕਿਹਾ ਕਿ ਹਾਂ ਮੈਂ ਸਾਰਾ ਕੁਝ ਕੀਤਾ। ਪਰ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਬਈ, ਉਸ ਰਿਪੋਰਟ ਨੇ ਬਹੁਤ ਵੱਡੇ ਖੁਲਾਸੇ ਕੀਤੇ ਆ। ਹੁਣ ਉਸ ਰਿਪੋਰਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਖੁਲਾਸਾ ਹੋਇਆ, ਉਹ ਸੁਣ ਕੇ ਤੁਹਾਨੂੰ ਇਸ ਗੱਲ ਦੀ ਬਹੁਤ ਵੱਡੀ ਹੈਰਾਨੀ ਹੋਊਗੀ। ਹੁਣ ਪੋਸਟਮਾਰਟਮ ਦੇ ਵਿੱਚ ਆਇਆ ਕਿ ਕੁੜੀ ਦੀਆਂ ਅੱਖਾਂ 'ਚ ਕੱਚ ਖੁੱਬਾ ਸੀ, ਕੁੜੀ ਦੀਆਂ ਅੱਖਾਂ 'ਚੋਂ ਵੀ ਖੂਨ ਬਹਿ ਰਿਹਾ ਸੀਗਾ, ਮੂੰਹ 'ਚੋਂ ਵੀ ਖੂਨ ਨਿਕਲ ਰਿਹਾ ਸੀਗਾ, ਕੁੜੀ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਵੀ ਖੂਨ ਨਿਕਲ ਰਿਹਾ ਸੀਗਾ, ਨੱਕ ਦੀ ਹੱਡੀ ਟੁੱਟੀ ਸੀ, ਅੱਖਾਂ ਡੈਮੇਜ ਹੋ ਚੁੱਕੀਆਂ ਸੀਗੀਆਂ, ਹੱਥਾਂ ਦੀਆਂ ਉਂਗਲਾਂ ਟੁੱਟ ਚੁੱਕੀਆਂ ਸੀਗੀਆਂ, ਜਿਹੜੀ ਕੁੜੀ ਦੇ ਆਪਣੀ ਲੱਤਾਂ ਦੇ ਵਿਚਾਲੇ ਸੰਨ ਹੁੰਦੇ ਉਹ ਸੰਨ ਪਾਟ ਚੁੱਕੇ ਸੀ, ਉਹਨਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਸੀਗੀਆਂ। ਪਰ ਜਦੋਂ ਕੁੜੀ ਦੀ ਵਜ਼ਾਈਨਾ ਵਿੱਚੋਂ ਸੀਮਨ ਦੀ ਮਾਤਰਾ ਦੇਖੀ ਗਈ ਤਾਂ ਸੀਮਨ ਦੀ ਮਾਤਰਾ ਇੰਨੀ ਜ਼ਿਆਦਾ ਇਕੱਠੀ ਹੋਈ ਜਿਹੜਾ ਕਿ ਇੱਕ ਬੰਦਾ ਓਨਾ ਸੀਮਨ ਕੱਢ ਹੀ ਨਹੀਂ ਸਕਦਾ। ਘੱਟੋ ਘੱਟ 4-5 ਬੰਦਿਆਂ ਦੀ ਸੀਮਨ ਦੀ ਮਾਤਰਾ ਨਿਕਲੀ ਕੁੜੀ ਦੀ ਵਜ਼ਾਈਨਾ ਦੇ ਵਿੱਚੋਂ। ਹੁਣ ਇੱਕ ਪਾਸੇ ਉਹ ਬੰਦਾ ਕਹਿ ਰਿਹਾ ਕਿ ਮੈਂ ਇਕੱਲੇ ਨੇ ਕਤਲ ਕੀਤਾ, ਮੈਂ ਇਕੱਲੇ ਨੇ ਬਲਾਤਕਾਰ ਕੀਤਾ। ਹੁਣ ਜਿਹੜੇ ਮੇਰੇ ਭਰਾ ਬਾਈ ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਇਹ ਸਾਰੀ ਕਹਾਣੀ ਸੁਣ ਲਈ ਹੋਊਗੀ, ਤਾਂ ਤੁਸੀਂ ਵੀ ਏਡੇ ਕੁ ਸਿਆਣੇ ਹੈਗੇ ਹੋ ਕਿ ਇੱਕ ਯੰਗ ਏਜ ਦੀ ਕੁੜੀ ਨੂੰ ਇਕੱਲਾ ਬੰਦਾ ਇੰਨਾ ਟੌਰਚਰ ਨਹੀਂ ਕਰ ਸਕਦਾ, ਕਿਉਂਕਿ ਜੇ ਇਕੱਲਾ ਬੰਦਾ ਉਹ ਹੁੰਦਾ ਤਾਂ ਕੁੜੀ ਨੇ ਚੀਕਾਂ ਵੀ ਮਾਰਨੀਆਂ ਸੀਗਾ, ਕਿਉਂਕਿ ਰਾਤ ਨੂੰ ਚੀਕ ਬਹੁਤ ਦੂਰ ਤੱਕ ਆਵਾਜ਼ ਚਲੀ ਜਾਂਦੀ ਆ,
ਕੱਲਾ ਬੰਦਾ ਸੰਨ ਨਹੀਂ ਪਾੜ ਸਕਦਾ। ਇਹਦਾ ਮਤਲਬ ਇਹ ਆ ਕਿ ਜਿਹੜੀ ਸੀਮਨ ਦੀ ਮਾਤਰਾ ਨਿਕਲੀ ਵਜ਼ਾਈਨਾਂ ਦੇ ਵਿੱਚੋਂ ਉਹ ਘੱਟੋ ਘੱਟ 4 ਤੋਂ ਪਲੱਸ 4 ਤੋਂ 5 ਬੰਦਿਆਂ ਦੀ ਗਿਣਤੀ ਦੱਸ ਰਹੀ ਆ ਕਿ ਇੱਕ ਬੰਦੇ ਦੇ ਸਰੀਰ ਵਿੱਚੋਂ ਓਨਾ ਸੀਮਨ ਨਿਕਲਦਾ ਹੀ ਨਹੀਂ ਗਾ ਜਿੰਨਾ ਸੀਮਨ ਕੁੜੀ ਦੀ ਵਜ਼ਾਈਨਾਂ ਦੇ ਵਿੱਚੋਂ ਮਿਲਿਆ। ਹੁਣ ਹੈਰਾਨੀ ਵਾਲੀ ਗੱਲ ਇਹ ਆ ਕਿ ਉਹ ਜਿਹੜੀ ਕਲਕੱਤਾ ਪੁਲਿਸ ਆ ਉਹ ਕਿਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ, ਕਿਹੜੇ ਉਹ ਬੰਦੇ ਨੇ, ਕਿੰਨਾਂ ਨਾਲ ਉਹਨਾਂ ਦੇ ਲਿੰਕ ਨੇ, ਕਿੰਨੇ ਕੋ ਅਮੀਰ ਘਰਾਂ ਦੇ ਬੰਦੇ ਨੇ ਜਿਨ੍ਹਾਂ ਦਾ ਨਾਮ ਪੁਲਿਸ ਨਹੀਂ ਲੈ ਰਹੀ, ਕਿਉਂਕਿ ਸਿਰਫ ਇੱਕੋ ਬੰਦਾ ਜਿਹੜਾ ਸੰਜੇ ਰਾਏ ਆ ਉਹ ਵਾਰ ਵਾਰ ਇਸ ਚੀਜ਼ ਨੂੰ ਕਬੂਲ ਕਰ ਰਿਹਾ ਕਿ ਹਾਂ ਇਹ ਸਾਰਾ ਕੁਝ ਮੈਂ ਕੀਤਾ, ਰੇਪ ਵੀ ਮੈਂ ਕੀਤਾ, ਕਤਲ ਵੀ ਮੈਂ ਕੀਤਾ। ਪਰ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਬਈ, ਉਹ ਰਿਪੋਰਟ ਦੇ ਦੌਰਾਨ ਇਹ ਗੱਲ ਸਾਬਤ ਹੁੰਦੀ ਆ ਕਿ ਇਹ ਇੱਕ ਬੰਦੇ ਦਾ ਰੇਪ ਨਹੀਂ ਗਾ, ਇਹ ਗੈਂਗ ਰੇਪ ਹੋਇਆ। ਗੈਂਗ ਰੇਪ ਉਸੇ ਹਸਪਤਾਲ ਦੇ ਵਿੱਚ ਜਿੱਥੇ ਉਸ ਲੇਡੀਜ਼ ਡਾਕਟਰ ਦੀ ਡਿਊਟੀ ਸੀ, ਉਸੇ ਹਸਪਤਾਲ ਦੇ ਵਿੱਚ ਉਹਦਾ ਕਤਲ ਕਰਕੇ ਉਹਦਾ ਗੈਂਗ ਰੇਪ ਕੀਤਾ ਗਿਆ। ਬਈ ਦੇਖੋ ਲੋਕਾਂ ਦੇ ਕਿੰਨੇ ਜ਼ਿਆਦਾ, ਮੰਨ ਲਓ ਲੋਕੀ ਬੇਡਰ ਹੋ ਚੁੱਕੇ ਆ। ਇਸ ਕਤਲ ਪਿੱਛੇ ਬਹੁਤ ਵੱਡੇ ਖੁਫੀਆ ਰਾਜ ਲੁਕੇ ਹੋਏ ਆ ਬਈ। ਕਿ ਇੱਕ ਬੰਦਾ ਸ਼ਰਿਆਂ ਪੁਲਿਸ ਸਾਹਮਣੇ ਬਿਆਨ ਦੇ ਰਿਹਾ ਕਿ ਮੈਨੂੰ ਫਾਂਸੀ ਚਾੜ ਦਿਓ, ਮੈਂ ਆਪਦੀ ਹਬਸ ਵਟਾਈ ਆ, ਮੈਨੂੰ ਕੋਈ ਦੁੱਖ ਨਹੀਂ। ਪਰ ਦੂਜੇ ਪਾਸੇ ਪੋਸਟਮਾਰਟਮ ਦੀ ਰਿਪੋਰਟ ਇਹ ਕਹਿ ਰਹੀ ਹੈ ਕਿ ਇਹ ਬੰਦੇ ਨੇ ਇਕੱਲੇ ਨੇ ਸਾਰਾ ਕੁਝ ਨਹੀਂ ਕੀਤਾ, ਇਹਦੇ ਨਾਲ ਘੱਟੋ ਘੱਟ 4 ਬੰਦੇ ਹੋਰ ਆ, ਜਿੰਨੀ ਸੀਮਨ ਦੀ ਮਾਤਰਾ ਨਿਕਲੀ ਆ ਉਹ 4 ਤੋਂ 5 ਬੰਦਿਆਂ ਦੀ ਆ। ਬਾਕੀ ਦੇ 4 ਬੰਦੇ ਕੌਣ ਨੇ, ਉਹ ਕਿਉਂ ਨਹੀਂ ਸਾਹਮਣੇ ਆ ਰਹੇ, ਪੁਲਿਸ ਉਹਨੂੰ ਕਿਉਂ ਨਹੀਂ ਲੱਭ ਰਹੀ, ਕੀ ਕਾਰਨ ਆ, ਪੁਲਿਸ ਵਾਰ ਵਾਰ ਉਸ ਬੰਦੇ ਦੇ ਬਿਆਨ ਲੈ ਰਹੀ ਆ, ਹੋਰ ਪਾਸੇ ਕਿਉਂ ਨਹੀਂ ਪੁਲਿਸ ਧਿਆਨ ਕਰ ਰਹੀ, ਇਹਦੇ ਪਿੱਛੇ ਕੀ ਮਸਲਾ, ਕੀ ਵੱਡੇ ਰਾਜ ਆ, ਕੌਣ ਉਹ ਵੱਡੇ ਬੰਦੇ ਆ, ਕਿੰਨੇ ਕੁ ਵੱਡੇ ਉਹਨਾਂ ਦੇ ਲਿੰਕ ਆ, ਇਹ ਹੁਣ ਰੱਬ ਜਾਣਦਾ। ਹੁਣ ਉੱਥੋਂ ਦੀ ਜਿਹੜੀ ਮੁੱਖ ਮੰਤਰੀ ਆ ਉਹਨੇ ਇਹ ਕੇਸ ਆਪਦੇ ਹੱਥ 'ਚ ਲਿਆ, ਇਹ ਕੇਸ ਹੁਣ CBI ਦੇ ਹੱਥ ਸੌਂਪ ਦਿੱਤਾ ਗਿਆ ਵੀ 7 ਦਿਨਾਂ ਦੇ ਵਿੱਚ ਉਹਨਾਂ ਰਿਪੋਰਟ ਮੰਗੀ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਇਸ ਕ੍ਰਾਈਮ ਨੂੰ ਕਰਨ ਵਾਲੇ ਬੰਦੇ ਨੇ ਉਹ ਸਾਹਮਣੇ ਲਿਆਏ ਜਾਣ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਪੁਲਿਸ ਚੁੱਪ ਕਰਕੇ ਬਹਿ ਗਈ ਸੀ ਕਿ ਸਿਰਫ ਉਹ ਬੰਦੇ ਦੇ ਬਿਆਨ ਲੈ ਕੇ ਕਿ ਹਾਂ ਇਸ ਬੰਦੇ ਨੇ ਇਕੱਲੇ ਨੇ ਸਾਰਾ ਕੁਝ ਕੀਤਾ। ਉਸ ਹਸਪੀਟਲ ਦੇ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਇਸ ਕੇਸ ਨੂੰ ਦੱਬਣ ਲਈ, ਪਰ ਜਦੋਂ ਇਹ ਕੇਸ ਹਾਈਲਾਈਟ ਹੋਇਆ, ਖਬਰਾਂ ਦੇ ਵਿੱਚ ਆਇਆ, ਫਿਰ ਬਹੁਤ ਸਾਰੇ ਹਸਪੀਟਲਾਂ ਨੇ ਧਰਨੇ ਦਿੱਤੇ, ਕੈਂਡਲ ਮਾਰਚ ਕੱਢੇ, ਬਹੁਤ ਲੋਕਾਂ ਨੇ ਹਾਈ ਲੈਵਲ ਤੇ ਪ੍ਰੋਟੈਸਟ ਕੀਤੇ, ਹੁਣ ਇਹ ਕੇਸ CBI ਦੇ ਹੱਥ 'ਚ ਆ ਬਈ। ਪਰ ਬਈ ਇੱਕ ਗੱਲ ਸੋਚ ਕੇ ਦੇਖਿਓ ਕਿ ਉਸ ਪਿਓ ਦੇ ਦਿਲ ਤੇ ਕੀ ਬੀਤੀ ਹੋਊਗੀ, ਉਸ ਮਾਂ ਦੀ ਦਿਲ ਤੇ ਕੀ ਬੀਤੀ ਹੋਊਗੀ ਜਿਨ੍ਹਾਂ ਨੇ ਉਹ ਤੋਤਲੀ ਜ਼ਬਾਨ 'ਚ ਉਸ ਧੀ ਦੀਆਂ ਆਵਾਜ਼ਾਂ ਸੁਣੀਆਂ ਹੋਣਗੀਆਂ, ਉਹਨੂੰ ਏਡੇ ਲਾਡਾਂ ਚਾਵਾਂ ਨਾਲ ਪਾਲਿਆ ਹੋਊਗਾ, ਤੇ ਜਦੋਂ ਬਈ ਮਾਂ ਪਿਓ ਨੇ ਇੰਨੀ ਪੜ੍ਹਾ ਲਿਖਾ ਕੇ ਡਾਕਟਰ ਬਣਾ ਕੇ ਉਸ ਧੀ ਨੂੰ ਖੂਨ ਨਾਲ ਲੱਥ ਪੱਥ ਦੇਖਿਆ, ਨੰਗਣ ਹਾਲਤ 'ਚ ਦੇਖਿਆ, ਤਾਂ ਬਈ ਤੁਹਾਨੂੰ ਪਤਾ ਹੀ ਆ ਕਿ ਫਿਰ ਕਾਲਜਾ ਪਾੜ ਜਾਂਦਾ। ਤਾਂ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਕਿ ਕਦੇ ਕਿਸੇ ਦੀ ਧੀ ਨੂੰ ਕੰਡਾ ਵੀ ਨਾ ਵੱਜੇ, ਧੀਆਂ ਸਹੀ ਸਲਾਮਤ ਰਹਿਣੇ, ਘਰਾਂ ਦੀਆਂ ਰੌਣਕਾਂ ਹੁੰਦੀਆਂ ਨੇ, ਘਰਾਂ ਦੀਆਂ ਬਰਕਤਾਂ ਹੁੰਦੀਆਂ ਨੇ, ਮਹਾਰਾਜ ਉਸ ਪਰਿਵਾਰ ਨੂੰ ਭਾਣਾ ਬਖਸ਼ਣ ਦਾ ਬਲ ਬਖਸ਼ੇ ਬਈ, ਤੇ ਜਿਹੜੀ ਭੈਣ ਵਿਚਾਰੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ, ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਤੇ ਛੇਤੀ ਤੋਂ ਛੇਤੀ ਉਸ ਭੈਣ ਸਾਨੂੰ ਇਨਸਾਫ ਮਿਲੇ, ਆਪਣੀ ਤਾਂ ਇਹੀ ਦੁਆ ਆ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ, ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਏ ਕਿ ਉਸ ਭੈਣ ਨੂੰ, ਉਸ ਲੇਡੀ ਡਾਕਟਰ ਨੂੰ ਇਨਸਾਫ ਮਿਲ ਸਕੇ ਜਿਹਦੇ ਨਾਲ ਐਡੀ ਦਰਿੰਦਗੀ ਨਾਲ ਬਲਾਤਕਾਰ ਕੀਤਾ ਗਿਆ, ਐਡੀ ਦਰਿੰਦਗੀ ਨਾਲ ਉਹਦਾ ਕਤਲ ਕੀਤਾ ਗਿਆ। ਇੱਕ ਵਾਰ ਇਹ ਗੱਲ ਜ਼ਰੂਰ ਸੋਚ ਕੇ ਦੇਖੋ ਕਿ ਆਪਾਂ ਵੀ ਧੀਆਂ ਵਾਲੇ ਹਾਂ, ਕਿ ਆਪਾਂ ਨੂੰ ਆਪਦੀਆਂ ਧੀਆਂ ਨਾਲ ਕਿੰਨਾ ਪਿਆਰ ਆ, ਕਿ ਆਪਣੇ ਤੋਂ ਕੰਡਾ ਵੱਜਿਆ ਨਹੀਂ ਜਾਇਆ ਜਾਂਦਾ, ਪਰ ਜਦੋਂ ਕਿਸੇ ਧੀ ਨਾਲ ਐਡਾ ਵੱਡਾ ਦਰਿੰਦਗੀ ਭਰਿਆ ਕੰਮ ਹੋ ਜਾਵੇ ਤੇ ਉਹਦੇ ਪਰਿਵਾਰ ਤੇ ਕੀ ਬੀਤਦੀ ਹੋਊਗੀ। ਇੱਕ ਵਾਰੀ ਧੀਆਂ ਵਾਲੇ ਇਹ ਗੱਲਾਂ ਸੋਚ ਕੇ ਜ਼ਰੂਰ ਦੇਖਿਓ, ਧੀਆਂ ਸਾਂਝੀਆਂ ਹੁੰਦੀਆਂ ਨੇ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਭਾਵੇਂ ਦੁਸ਼ਮਣ ਦੀ ਵੀ ਧੀ ਹੋਵੇ, ਕਦੇ ਉਹਦੇ ਬਾਰੇ ਵੀ ਮਾੜਾ ਨਹੀਂ ਸੋਚਣਾ ਚਾਹੀਦਾ ਬਾਈ।